ਜਿਹੜਾ ਅੱਜ ਰੋਸ ਧਰਨਾ ਵਾ ਇਹ ਕੈਪਟਨ ਸਰਕਾਰ ਦਾ ਸਿਆਪਾ ਕਰ ਲਿਆ ਹੈ ਕਿਉਂਕਿ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇੰਨੀ ਬਿਜਲੀ ਦੇ ਪ੍ਰੋਜੈਕਟ ਲਾਏ ਗਏ ਇੰਨੀ ਬਿਜਲੀ ਪੈਦਾ ਕੀਤੀ ਗਈ ਪਰ ਇਹ ਨਕੰਮੀ ਸਰਕਾਰ ਨੇ ਸਾਰਾ ਸਿਸਟਮ ਫੇਲ ਕਰਕੇ ਰੱਖਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਕਿਸੇ ਦਫ਼ਤਰ ਜਾ ਕੇ ਕਿਸੇ ਚੇਅਰਮੈਨ ਨਾਲ ਮੀਟਿੰਗ ਨਹੀਂ ਕੀਤੀ ਕੋਈ ਮੀਟਿੰਗ ਨਹੀਂ ਕੀਤੀ ਝੋਨੇ ਦੀ ਬਿਆਈ ਚੱਲ ਰਹੀ ਆ ਲਵਾਈ ਚੱਲ ਰਹੀ ਆ ਅੱਜ ਪਿੰਡਾਂ ਦੇ ਵਿੱਚ ਹਾਹਾਕਾਰ ਮੱਚੀ ਗਈ ਪਈ ਆ ਵੱਡੇ ਵੱਡੇ ਕੱਟ ਲੱਗ ਰਹੇ ਸ਼ਹਿਰਾਂ 'ਚ ਵੀ ਕੱਟ ਲੱਗ ਰਹੇ ਆ ਪਿੰਡਾਂ ਜਿਹੜੀ 8 ਘੰਟੇ ਨਾਲ ਬਿਜਲੀ ਕਿਹਾ ਸੀ ਦੇਵਾਂਗੇ ਉਹ ਕੇਵਲ ਤੇ ਕੇਵਲ 2 ਘੰਟੇ 3 ਘੰਟੇ ਦੇ ਰਹੇ ਆ ਜੋ ਕਿ ਸਾਡੇ ਕਿਸਾਨ ਪਹਿਲਾਂ ਹੀ ਮਾਰੇ ਪਏ ਆ ਪਹਿਲਾਂ ਮੋਦੀ ਸਰਕਾਰ ਨੇ ਮਾਰੇ ਹੋਏ ਆ ਅਤੇ ਆਹ ਕੈਪਟਨ ਸਰਕਾਰ ਜਿਹੜੀ ਆ ਇਹ ਵੀ ਮੈਂ ਸਮਝਦਾ ਮੋਦੀ ਸਰਕਾਰ ਦੇ ਨਾਲ ਰਲ ਕੇ ਅੱਜ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਦੇ ਤੁਲੀ ਆ ਅੱਜ ਅਸੀਂ ਇਹਨਾਂ ਨੂੰ ਜਗਾਉਣ ਆਏ ਹਾਂ ਵੀ ਅਜੇ ਵੀ ਜਾਗੋ ਜੇ ਨਾ ਜਾਗੇ ਤਾਂ ਇਹਨਾਂ ਮੰਤਰੀਆਂ ਦਾ ਮੁੱਖ ਮੰਤਰੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਦਾ ਘਰੋਂ ਨਿਕਲਣਾ ਬੰਦ ਕਰ ਦੇਣਗੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਉਹਨਾਂ ਦੇ ਆਦੇਸ਼ਾਂ 'ਤੇ ਅੱਜ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਆ ਬਿਜਲੀ ਘਰਾਂ ਦੇ ਬਾਹਰ ਅਸੀਂ ਅੱਜ ਤਰਨ ਤਾਰਨ ਹਲਕੇ ਦਾ ਵਿਧਾਨ ਸਭਾ ਹਲਕਾ ਤਰਨ ਤਾਰਨ ਦਾ ਧਰਨਾ ਜਿਹੜਾ ਝਬਾਲ ਜਿਹੜਾ ਬਿਜਲੀ ਘਰ ਦੇ ਸਾਹਮਣੇ ਦਿੱਤਾ ਅਸੀਂ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਸਿਆਪਾ ਕਰ ਰਹੇ ਹਾਂ ਉਹਨੂੰ ਜਗਾਉਣ ਲਈ ਇਹ ਧਰਨਾ ਦਿੱਤਾ ਨਜਾਇਜ਼ ਮਾਈਨਿੰਗ ਹੋ ਰਹੀ ਆ ਉਹਦੇ ਸੰਬੰਧ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜਾ ਵੱਡਾ ਕਦਮ ਚੁੱਕਿਆ ਆਪ ਮੌਕੇ 'ਤੇ ਪਹੁੰਚੇ ਉੱਥੇ ਜਾ ਕੇ ਮੌਕਾ ਵੇਖਿਆ ਉੱਥੇ SDM ਆਈ ਉੱਥੇ ਪਟਵਾਰੀ ਆਏ ਸਾਰੇ ਕਾਗਜ਼ਾਂ ਦੇ ਵਿੱਚ ਉਹਨਾਂ ਦੇ ਜੋ ਦੱਸਿਆ ਵੀ ਇਹ ਜਿਹੜੀ ਇਹਨਾਂ ਦੀ ਮਨਜ਼ੂਰ ਸੁਦਾ ਖੱਡ ਆ ਉਹ ਇੱਥੋਂ 4 ਕਿਲੋਮੀਟਰ ਦੂਰ ਆ ਜਿਹੜੀ ਬਿਆਸ ਪੁਲ ਦੇ ਲਾਗੇ ਜਿਹੜੀ ਮਾਈਨਿੰਗ ਹੋ ਰਹੀ ਆ ਉਹ 5 ਕਿਲੋਮੀਟਰ ਦੇ ਵਿੱਚ ਕੋਈ ਵੀ ਰੇਤ ਨਹੀਂ ਕੱਢੀ ਜਾ ਸਕਦੀ ਉਹ 1.5 ਕਿਲੋਮੀਟਰ ਤੋਂ ਘੱਟ ਜਗ੍ਹਾ ਵਾ ਉੱਥੇ ਮਾਈਨਿੰਗ ਹੋ ਰਹੀ ਆ ਪਰ ਇਹਨਾਂ ਰੰਜਸ ਦੇ ਤਹਿਤ ਜਿਹੜੇ ਦੋਸ਼ੀ ਉਹਨਾਂ ਨੂੰ ਬਖਸ਼ ਲਿਆ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ 'ਤੇ ਪਰਚਾ ਕੀਤਾ ਜੇ ਕਿ ਬਹੁਤ ਘਟੀਆ ਕੰਮ ਕੀਤਾ ਪਰ ਦਿਨ ਚੜ੍ਹਨ ਵਾਲਾ ਰਾਤ ਮੁੱਕਣ ਵਾਲੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਣੀ ਜਿਹੜੀ 4 ਮਹੀਨੇ ਰਹਿਣੇ ਆ ਇਹਨਾਂ ਦੇ ਰਹਿ ਗਏ ਆ ਇਹ ਕਰ ਲੈਣ ਮਾਣਾਈਆਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਜਰਨੈਲ ਆ ਉਹ ਲੜਾਈ ਲੜ ਰਿਹਾ ਪਰ ਇਹਨਾਂ ਕਾਂਗਰਸ ਵਾਲਿਆਂ ਕੋਲ ਇਹ ਪਰਚੇ ਝੱਲੇ ਨਹੀਂ ਜਾਣੇ ਇਹਨਾਂ ਦਾ ਮੁੜ ਕੇ ਮੂੰਹ ਵਿੱਚ ਹੀ ਨਿਕਲਦਾ ਫਿਰਨਾ।